ਸਾਰਿਆਂ ਆਜ਼ੀਜ਼ਾਂ ਦੋਸਤਾਂ ਦੀ ਇਹ ਫਰਮਾਇਸ਼ ਵੀ ਹੈ, ਖਾਸ ਕਰ ਸੁਖੀਜਾ ਸਿੰਘ ਸਾਹਿਬ ਦੀ ਵੀ ਜ਼ਿਆਦਾ ਫਰਮਾਇਸ਼ ਹੈ ਕਿ ਸੱਸੀ ਪੇਸ਼ ਕਰੋ। ਦੋ ਚਾਰ ਸ਼ੇਰ ਜਿਹੜੇ ਮੈਂ ਮਿਕਸ ਜੇ ਪੜ੍ਹਸਾਂ ਅਤੇ ਅਮੂਮਨ ਮੈਂ ਕਈ ਦਫ਼ਾ ਇਹ ਮਹਿਫਲ ਗੱਲ ਕਰਨਾ ਵੀ ਸਾਡੇ ਅਸਾਂ ਜਿਹੜੀ ਮਹਿਫਲ ਕਰਨੇ ਹਾਂ ਜਾਂ ਸ਼ੇਰ ਪੇਸ਼ ਕਰਨੇ ਹਾਂ ਉਹ ਹਰ ਆਦਮੀ ਨੇ ਵੱਸ ਨਾ ਰੋਗ ਨਹੀਂ ਕਿ ਉਸੇ ਵਕਤ ਸਮਝੇ, ਜਿਸਲੇ ਸੁਣੇ ਉਸਲੇ ਸਮਝੀ ਗੱਛਾ, ਨਾ ਨਾ ਜੇ ਉਸਲੇ ਸੁਣੀ ਸਮਝੀ ਗੱਛਾ ਰੀਲਾ ਟੇਪਾਂ 'ਚ ਭਰਨ ਦੀ ਕੋਈ ਲੋੜ ਨਹੀਂ, ਉਸੇ ਵੇਲੇ ਜੇ ਸਮਝੀ ਗਿਆ ਇਹ ਉਹ ਸ਼ੇਰ ਹੈ ਕਿ ਇੱਕ ਸ਼ੇਰ ਉੱਪਰ ਕਮ ਅਜ਼ ਕਮ ਇੱਕ ਮਹੀਨਾ ਲੱਗਣਾ ਉਸ ਕੀ ਪਾਸ ਕਰਨੇ ਵਾਸਤੇ ਕਿ ਸ਼ਾਇਰ ਕਹਿ ਪਾਇਆ ਤਾਂ ਬਾਣੇ ਵਾਲਾ ਕਹਿ ਪਾਈ ਗਿਆ। ਮੇਰੇ ਦੋਸਤੋ ਪਠਵਾਰ ਨੇ ਸ਼ਾਇਰ ਜਿਤਨੇ ਵੀ ਥੇ ਦਾਇਮ ਇਕਬਾਲ ਮਰਦ ਇਕਲੰਦਰ ਨਾ ਸ਼ੇਰ ਹਮਦਨਾ ਜਿਹੜਾ ਅੱਲਾ ਕੀ ਆਉਣਾ ਕਾਤਲ ਪਰਦੇ ਵਿੱਚ ਬਈ ਕਤਲ ਕਰਨਾ ਹੈ ਪਿਆ। ਇੱਕ ਦਫ਼ਾ ਇੱਕ ਸ਼ੇਰ ਪੇਸ਼ ਹੋਇਆ ਸੀ ਉਸਤਾਦ ਮੁਨਸ ਸਾਹਿਬ ਨਾ ਕਿ ਮੁਸਲਮਾਨੀ ਨੇ ਕੀਤਾ ਹਰਾ ਮੁਨਸ ਜੇ ਰੱਬ ਕਾਫਰ ਹੀ ਹੁੰਦਾ ਤੇ ਚੰਗਾ ਹੁੰਦਾ, ਦੁਨੀਆਂ ਝਮੇਲੇ 'ਚ ਪਈ ਗਈ ਸੀ। ਸ਼ੇਰ ਉਹ ਗੁੰਜਲਦਾਰ ਚੀਜ਼ ਹੈ ਕਿ ਜਿਸ ਕੀ ਹਰ ਜ਼ਹਿਨ ਹੱਲ ਨਹੀਂ ਕਰਨਾ। ਤੋ ਦਾਇਮ ਇਕਬਾਲ ਮਰਦੇ ਕਲੰਦਰ ਨਾ ਇੱਕ ਸ਼ੇਰ ਹੈ ਕਾਤਲ ਬੈਠ ਪਰਦੇ ਕਿਵੇਂ ਕਤਲ ਕਰਨਾ ਹੈ, ਕਾਤਲ ਬੈਠ ਪਰਦੇ ਕਿਵੇਂ ਕਤਲ ਕਰਨਾ ਹੈ, ਨਹੀਂ ਲੱਭਦਾ ਰਾਜ ਵਾਹੀਦ ਮੈਨੂੰ ਨਾ ਮਰੂ ਏ ਸਫਾ ਵਸੂਲ ਹੋਇਆ ਹੋਈ ਵਹਿੰਦੀਆਂ ਤਲਬ ਮਜੀਦ ਮੈਨੂੰ ਯੋ ਮੈਨੂੰ ਨਾ ਦਿਲ ਗਾਏ ਤੁਸੀਂ ਤੱਕਿਆ ਕੋਈ ਨੀ ਤੇਰੇ ਬੜੀ ਮਾਨ ਲੈ ਆਇਆ ਯੋ ਮੈਨੂੰ ਲਾਜ਼ਮ ਹੋ ਗਈ ਤੇਰੀ ਤਾਹੀਦ ਮੈਨੂੰ ਇਸ਼ਰਤ ਐਸ਼ ਦੇ ਨਾਲ ਕੀ ਦੁਸ਼ਮਣੀਆਂ ਇਸ਼ਰਤ ਐਸ਼ ਦੇ ਨਾਲ ਕੀ ਦੁਸ਼ਮਣੀ ਦਰਦੇ ਹੀ ਦਰਦੀ ਕਰੇ ਤਾਕੀਦ ਮੈਨੂੰ। ਮੇਰੇ ਦੋਸਤੋ ਮੀਆਂ ਸਾਹਿਬ ਸੈਫਲ ਮਲੂਕ ਜੀ ਕਲੀ ਇਸ ਤਰ੍ਹਾਂ ਫਰਮਾਈ ਥਈ ਕਿ ਡਿੱਠੇਬਾਜ਼ ਪ੍ਰੀਤ ਲਗਾਈ ਡਿੱਠੇਬਾਜ਼ ਪ੍ਰੀਤ ਲਗਾਈ ਕਿ ਗੈਬ ਤੇ ਇਮਾਨ ਆਉਂਦਾ ਤੂੰ ਵੀ ਧੱਕਿਆ ਕੋਈ ਨਹੀਂ ਬਗੈਰ ਧੱਕਿਓ ਤੇਰੇ ਨਾਲ ਪ੍ਰੀਤ ਲਾ ਲਈ ਡਿੱਠੇਬਾਜ਼ ਪ੍ਰੀਤ ਲਗਾਈ ਹੋ ਗਿਆ ਜੀ ਸੋਹਣਾ ਅਸਨ ਖੇਡਣ ਯਾਦ ਨਾ ਰਿਓਸ ਪਿਆ ਉਮਰ ਦਾ ਰੋਣਾ। ਤੂੰ ਇੱਥੇ ਹੀ ਇਹ ਗੱਲ ਆਖਣਾ ਦਾਇਮ ਇਕਬਾਲ ਇਸ਼ਰਤ ਐਸ਼ ਦੇ ਨਾਲ ਕੀ ਦੁਸ਼ਮਣੀ ਕਰਦੇ ਜਲਦੀ ਕਰੇ ਤਾਕੀਦ ਮੈਨੂੰ ਬਿਨਾਂ ਡਿੱਠਿਆਂ ਗਿਆ ਹੋ ਤੇਰਾ ਬਿਨਾਂ ਡਿੱਠਿਆਂ ਗਿਆ ਹੋ ਤੇਰਾ ਹੈ ਕਸਮ ਕਲਾਮ ਮਜੀਦ ਮੈਨੂੰ ਹੈ ਲਾ ਮਕਾ ਹੈ ਲਾ ਮਕਾ ਮੈਨੂੰ ਗਦੀ
आशिका मैं उस महबूब ना जिसकी तकिया ही नहीं। सारे लोग आशिक उन्होंने थी जर उन्होंने पे दिहाड़ी कोल होने दो दिहाड़ी बिछड़ी गचनी नगी जर रही गसना। बिना डिठिया गया हो तेरा ऐ कसम कलाम मजीद में तेरी उस पाक किताब की कसम है ऐ लाम का महबूब गबी ऐ लाम का महबूब गबी तेरा ना कोई मकान है तो तू थे भी गायब है पर क्या करना है दाएं दस ਅਰਜ਼ ਕੀਤੀ ਸੀ ਕਿ ਸਨ ਹਿਜਰ ਜਾਂ ਮਜਾਜ਼ ਜਿਹੜਾ ਹੈ ਹਿਜਰ ਜਾਂ ਮਜਾਜ਼ ਤੋਂ ਸਾਨੂੰ ਸਾਹਮਣੇ ਜਿਹੜਾ ਪੇਸ਼ ਹੋ ਸੀ ਇਨਸ਼ਾ ਅੱਲਾ ਅਗਰ ਉਸਕੀ ਫਰੋਲਸ ਹੋ ਉਹ ਵਿੱਚੋਂ ਹਮ ਦੀ ਨਾਤ ਨਿਕਲ ਸੀ ਪਸੇ ਪਰਦਾ ਹਿਜਰ ਜਾਂ ਮਜਾਜ਼ ਹੋ ਸੀ ਮੀਆਂ ਸਾਹਿਬ ਸਰਕਾਰ ਨੇ ਆਖਿਆ ਸਾ ਦਿਲ ਪਰ ਆਪਣੇ ਦੀ ਗੱਲ ਕਰਨੀ ਹੋਰਾਂ ਦਾ ਮੂੰਹ ਤਰ ਕੇ ਗੋਹੀਰ ਰਾਂਝਾ ਜਾਂ ਸੱਸੀ ਪੁੰਨੂ ਹੈ ਜਾਂ ਸੋਹਣੀ ਮਹੀਵਾਲ ਹੈ ਲੇਕਿਨ ਉਸਕੀ ਜਿਲ੍ਹੇ ਫਰੋਲਸ ਹੋ ਵਿਚੂ ਰੱਬ ਤੇ ਰੱਬ ਨਾ ਰਸੂਲ ਨਿਕਲ ਸੀ ਇਨਸ਼ਾਅੱਲਾ ਤੋ ਦਾਮ ਇਕਬਾਲ ਸਰਕਾਰ ਨੇ ਜਿਹੜੇ ਆਖਿਆ ਕਾਤਲ ਬੈਠ ਪਰਦੇ ਕਿਵੇਂ ਕਤਲ ਕਰਨਾ ਹੈ ਨਹੀਂ ਲੱਭਦਾ ਰਾਜ਼ ਬਾਈਦ ਮੈਨੂੰ ਤੇ ਸਾਰੇ ਲਾਮਾ ਇਕਬਾਲ ਨਾਲ ਇੱਕ ਸ਼ੇਰ ਹੈ ਤੋ ਬਾਈ ਬੇਨਿਆਜ਼ੀ ਹਾ ਹੈ ਅੱਲਾ ਇਤਨੀ ਬੇਨਿਆਜ਼ੀਓ ਕੇ ਬਾਵਜੂਦ ਚੁਨਾ ਖੁਦਰਾ ਨਿਗਾਦਾਰੀ ਤੂੰ ਇਤਨਾ ਖੁਦਪ੍ਰਸਤ ਹੈ ਸ਼ਹਾਦਤ ਪਰ ਵਜੂਦ ਖੁਦ ਜੇ ਖੂਨੇ ਦੋਸਤਾਂ ਖਾਈ ਕਿ ਆਪਣੇ ਵਜੂਦ ਨੀ ਗਵਾਈ ਆਪਣੇ ਦੋਸਤਾਂ ਨੇ ਖੂਨ ਤੂੰ ਦਲਾਣਾ ਹੈ ਆਪਣੇ ਵਜੂਦ ਨੀ ਗਵਾਈ ਸ਼ਹਾਦਤ ਪਰ ਵਜੂਦ ਖੁਦ ਜੇ ਖੂਨੇ ਦੋਸਤਾਂ ਖਾਈ ਕਿ ਮਿਥਿਆ ਤੇ ਦੁਨੀਆ ਕੌਣ ਹੋਣੀ ਬਿਮਾਰੀ ਵਿੱਚ ਹੈ ਜਿਹੜੇ ਜਣੇ ਮਮਦੀ ਨੇ ਵੀ ਨਾ ਪੜਿਆ ਵੈ ਫਿਰ ਉਹ ਸ਼ੇਰ ਕਿੱਥਾ ਸਮਝੇ ਤੋ ਮੇਰੇ ਦੋਸਤੋ ਕਿੱਥੇ ਹੀ ਦਾਇਮ ਇਕਬਾਲ ਮਰਦੇ ਕਲੰਦਰ ਦੀ ਸੋਹਣੀ ਨਾ ਇੱਕ ਸ਼ੇਰ ਹੈ ਕਿਤਾਬ ਨਾ ਕੀ ਗੱਲ ਕਰਨੀ ਹੋਰਾਂ ਦਾ ਮੂੰਹ ਤਰ ਕੇ ਗੋਹੀਰ ਰਾਂਝਾ ਜਾਂ ਸੱਸੀ ਪੁੰਨੂ ਹੈ ਜਾਂ ਸੋਹਣੀ ਮਹੀਵਾਲ ਹੈ ਲੇਕਿਨ ਉਸਕੀ ਜਿਲ੍ਹੇ ਫਰੋਲਸ ਹੋ ਵਿਚੂ ਰੱਬ ਤੇ ਰੱਬ ਨਾ ਰਸੂਲ ਨਿਕਲ ਸੀ ਇਨਸ਼ਾਅੱਲਾ ਤੋ ਦਾਇਮ ਇਕਬਾਲ ਸਰਕਾਰ ਨੇ ਜਿਹੜੇ ਆਖਿਆ ਕਾਤਲ ਬੈਠ ਪਰਦੇ ਕਿਵੇਂ ਕਤਲ ਕਰਨਾ ਹੈ ਨਹੀਂ ਲੱਭਦਾ ਰਾਜ਼ ਬਾਈਦ ਮੈਨੂੰ ਤੇ ਸਾਰੇ ਲਾਮਾ ਇਕਬਾਲ ਨਾਲ ਇੱਕ ਸ਼ੇਰ ਹੈ ਤੋ ਬਾਈ ਬੇਨਿਆਜ਼ੀ ਹਾ ਹੈ ਅੱਲਾ ਇਤਨੀ ਬੇਨਿਆਜ਼ੀਓ ਕੇ ਬਾਵਜੂਦ ਚੁਨਾ ਖੁਦਰਾ ਨਿਗਾਦਾਰੀ ਤੂੰ ਇਤਨਾ ਖੁਦਪ੍ਰਸਤ ਹੈ ਸ਼ਹਾਦਤ ਪਰ ਵਜੂਦ ਖੁਦ ਜੇ ਖੂਨੇ ਦੋਸਤਾਂ ਖਾਈ ਕਿ ਆਪਣੇ ਵਜੂਦ ਨੀ ਗਵਾਈ ਆਪਣੇ ਦੋਸਤਾਂ ਨੇ ਖੂਨ ਤੂੰ ਦਲਾਣਾ ਹੈ ਆਪਣੇ ਵਜੂਦ ਨੀ ਗਵਾਈ ਸ਼ਹਾਦਤ ਪਰ ਵਜੂਦ ਖੁਦ ਜੇ ਖੂਨੇ ਦੋਸਤਾਂ ਖਾਈ ਕਿ ਮਿਥਿਆ ਤੇ ਦੁਨੀਆ ਕੌਣ ਹੋਣੀ ਬਿਮਾਰੀ ਵਿੱਚ ਹੈ ਜਿਹੜੇ ਜਣੇ ਮਮਦੀ ਨੇ ਵੀ ਨਾ ਪੜਿਆ ਵੈ ਫਿਰ ਉਹ ਸ਼ੇਰ ਕਿੱਥਾ ਸਮਝੇ ਤੋ ਮੇਰੇ ਦੋਸਤੋ
ਕਿੱਥੇ ਆਈ? ਦਾਇਮ ਇਕਬਾਲ ਮਰਦੇ ਕਲੰਦਰ ਦੀ ਸੋਹਣੀ ਨਾ ਇੱਕ ਸ਼ੇਰ ਹੈ ਕਿਤਾਬ ਨਾ ਕਿਸੇ ਨਹੀਂ ਡੋਬੀ ਕਿਸੇ ਨਹੀਂ ਡੋਬੀ ਆਪ ਜਾਣਦੀ ਸੀ। ਇਹ ਕੜਾ ਕੱਚਾ ਹੈ ਲੇਕਿਨ ਮੈਂ ਤੁਹਾਨੂੰ ਖੁਲਾਸਾ ਇਸ ਨਾਲ ਦੱਸਾਂ। ਦਾਇਮ ਇਕਬਾਲ ਸਰਕਾਰ ਨੇ ਕਿਹਾ ਹਰ ਪ੍ਰਗੇਸ਼ ਇਸ ਤਰ੍ਹਾਂ ਆਖਿਆ ਸੋਹਣੀ ਉਹ ਆਪ ਸੋਹਣੀ ਮਹੀਵਾਲ ਮਸਾਲ ਖੁਦਾ ਸਮਝੀ ਕੱਚਾ ਕੜਾ ਮੁਰਸ਼ਦ ਖਾਵੰਦ ਪੱਕਾ ਕੜਾ ਕਾਮਲ ਪੇਸ਼ਵਾ ਸਮਝੀ ਉਹ ਪਾਰ ਲੈ ਜਾਣ ਵਾਲਾ ਇਹ ਹੀ ਨਾ ਮਿੱਟੀ ਨੇ ਸਮਝ ਰੱਖਿਆ ਕਿਸੇ ਨਹੀਂ ਡੋਬੀ ਆਪ ਜਾਣਦੀ ਸੀ ਕਹਿ ਜਾਣੀ ਸੀ ਸਜਣਾ ਡੁੱਬ ਕੇ ਤਰੀ ਦਾਏ ਡੁੱਬ ਕੇ ਤਰੀ ਦਾਏ ਸੋਹਣੀ ਤਾਂ ਡੁੱਬ ਗਈ ਇਸ ਮੰਜ਼ਲੇ ਇਸ਼ਕ ਮੈਂ ਮੰਜ਼ਲੇ ਇਸ਼ਕ ਮੈਂ ਮਰ ਮਰ ਕੇ ਜੀਆ ਜਾਤਾ ਹੈ ਤੇ ਜੇ ਨਾਲੇ ਚੋਬੜੀਆਂ ਤੇ ਨਾਲੇ ਦੋ ਦੋ ਲੋੜੇ ਐਸਾ ਨਹੀਂ ਹੋ ਸਕਣਾ ਮੰਜ਼ਲੇ ਇਸ਼ਕ ਮੈਂ ਮਰ ਮਰ ਕੇ ਜੀਆ ਜਾਤਾ ਹੈ ਇੱਥੇ ਮਰਸੇ ਤਾਂ ਅੱਗੇ ਜੀਸੇ ਇੱਥੇ ਜੀਸੇ ਤਾਂ ਅੱਗੇ ਨਾ ਜੀਸੇ ਦੋਏ ਗੱਲਾਂ ਨਹੀਂ ਹੋਣੀਆਂ ਇਹ ਗੱਲ ਸੋਹਣੀ ਕੀ ਪਤਾ ਹੀ ਸੀ ਕਿ ਡੁੱਬ ਕੇ ਤਰੀ ਦਾ ਇਹ ਸੋਹਣੀ ਤਾਂ ਡੁੱਬ ਗਈ ਲਿਖਿਆ ਲਾਹੌਰ ਮਹਿਫੂਜ਼ ਤੇ ਆਪ ਕਾਤਬ ਸੋਹਣੀ ਲੱਗ ਮਹੀਵਾਲ ਦੇ ਨਾ ਡੁੱਬ ਗਈ ਸੋਹਣੀ ਜਿਸ ਥਾਵੇਂ ਡੁੱਬੀ ਸੋਹਣਰ ਸਜਣਾ ਬੇੜੀ ਬੇੜੀ ਖਿਜ਼ਰ ਦੀ ਵੀ ਉਸੇ ਥਾਂ ਡੁੱਬ ਗਈ ਮੇਰੇ ਦੋਸਤੋ ਮੈਂ ਅੱਗੇ ਗੱਲ ਕੀਤੀ ਸੀ ਕਿ ਸ਼ੇਰ ਸਮਝਣ ਵਾਸਤੇ ਬੜਾ ਟਾਈਮ ਚਾਹੀਦਾ ਹੈ ਆਖਰੀ ਕਲੀ ਪਰ ਤੁਸੀਂ ਜ਼ਰਾ ਗੌਰ ਕਰਸੋ ਕਿ ਉਹ ਸੋਹਣੀ ਸੀ ਦਰਿਆਏ ਚਨਾਬ ਵਿੱਚ ਡੁੱਬ ਗਈ ਸਾਰੀ ਦੁਨੀਆ ਕੀ ਇਹ ਗੱਲ ਪਤਾ ਕੋਈ ਛੁਪੀ ਲੁਕੀ ਗੱਲ ਨਹੀਂ ਲੇਕਿਨ ਫਲਸਫੇ ਦੀ ਬਾਤ ਜਿਹੜੀ ਹੈ ਇਸ ਤੋਂ ਅੱਗੇ ਹੀ ਹੈ ਡੁੱਬੀ ਸੋਹਣੀ ਚਨਾ ਵਿੱਚ ਅੱਲਾ ਅੱਲਾ ਡੁੱਬੀ ਸੋਹਣੀ ਚਨਾ ਵਿੱਚ ਅੱਲਾ ਅੱਲਾ ਉਹ ਦਾਇਮ ਸੋਹਣੀ ਦੇ ਵਿੱਚ ਡੁੱਬ